ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਚੋਰਾਂ ਦੇ ਵੱਲੋਂ ਕੀਮਤੀ ਗਹਿਣੇ 32 ਬੋਰ ਦਾ ਪਿਸਤੌਲ ਚੋਰੀ ਕੀਤਾ ਗਿਆ। ਉਹ ਵੀ ਉਸ ਵੇਲੇ ਜਦੋਂ ਸਾਰਾ ਪਰਿਵਾਰ ਰੱਖੜੀ ਬੰਨਣ ਦੇ ਲਈ ਗਿਆ ਹੋਇਆ ਸੀ ਮਾਛੀਵਾੜਾ ਸਾਹਿਬ ਦੇ ਸਥਾਨਕ ਗੁਰੂ ਨਾਨਕ ਮਹੱਲਾ ਦੇ ਵਿੱਚ। ਇਹ ਚੋਰੀ ਹੋਈ ਹੈ। ਪੀੜਤ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਵਿੱਚ ਰੱਖੜੀ ਬੰਨਣ ਦੇ ਲਈ ਗਏ ਹੋਏ ਸੀ ਤਾਂ ਪਿੱਛੋਂ ਉਹਨਾਂ ਦੇ ਘਰ ਦੇ ਵਿੱਚ ਲੁਟੇਰੇ ਦਾਖਲ ਹੋਏ ਜਿਨ੍ਹਾਂ ਨੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਵਿੱਚ ਪਿਆ ਸੁੱਚੇ ਮੋਤੀਆਂ ਦਾ ਸੈੱਟ, ਪਤਨੀ ਦੇ ਗਹਿਣੇ, ਇੱਥੋਂ ਤੱਕ 32 ਬੋਰ ਦਾ ਪਿਸਤੌਲ ਵੀ ਇਹਨਾਂ ਚੋਰਾਂ ਨੇ ਚੋਰੀ ਕਰ ਲਿਆ ਔਰ ਇੱਥੋਂ ਫਰਾਰ ਹੋਏ ਨੇ। ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਕਿਵੇਂ ਦੱਬੇ ਪੈਰੀ ਇਹ ਚੋਰ ਕਿਸ ਤਰੀਕੇ ਦੇ ਨਾਲ ਗਲੀ ਦੇ ਵਿੱਚ ਲੰਘਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਰੀਬ 6 ਲੱਖ ਦੇ ਗਹਿਣੇ ਨੇ ਜਿਹੜੇ ਉਹ ਚੋਰੀ ਹੋਏ ਨੇ। 32 ਬੋਰ ਦਾ ਲਾਇਸੈਂਸੀ ਰਿਵਾਲਵਰ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਇਸ ਮਾਮਲੇ ਦੇ ਬਾਰੇ। ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਚੋਰਾਂ ਨੂੰ ਬੇਨਕਾਬ ਕੀਤਾ ਜਾਵੇਗਾ। ਘਟਨਾ ਦਾ ਤਾਂ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ। ਸਵੇਰੇ ਅਸੀਂ ਗਏ ਹੋਏ ਸੀਗੇ, ਮੇਰੀ ਵਾਈਫ ਨੇ ਲੱਕੜੀ ਬੰਨਣ, ਅਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ, 9:30 ਦੀ ਗੱਲ, ਤਾਂ ਮੇਰੇ ਸਾਡੇ ਪੜੋਸੀ ਆ ਸਿਮਰਨਜੀਤ ਸਿੰਘ, ਉਹ ਸਾਹਮਣੇ ਸਬਜ਼ੀ ਦਾ ਕੰਮ ਕਰਦਾ, ਅਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿਨਾ ਬੂਟਿਆਂ ਨੂੰ ਆਪਣਾ ਪਾ ਦਿਉ, ਆਪਣਾ ਪਾਣੀ ਪੂਣੀ ਪਾ ਦਿਆ ਕਰਿਓ। ਉਹ ਖੋਲ੍ਹਣ ਲੱਗੇ ਤਾਂ ਜਿੰਦਾ ਹੀ ਨਾ ਖੁੱਲ੍ਹੇ, ਮਤਲਬ ਬਾਹਰਲਾ ਜਿੰਦਾ ਲੱਗਿਆ ਹੋਇਆ ਸੀ, ਉਹ ਖੋਲ੍ਹਦੇ, ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤਾਂ ਉਹ ਅੰਦਰ ਜਿੰਦੇ ਜਿੰਦੇ ਟੁੱਟੇ ਹੋਏ। ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਤਾਂ ਵੜੋ। ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਕ ਲੁਕ ਟੁੱਟੇ ਹੋਏ ਸੀਗੇ, ਸਾਰੀਆਂ ਅਲਮਾਰੀਆਂ ਅਲਮੂਰੀਆਂ ਖੁੱਲ੍ਹੀਆਂ ਸੀਗੀਆਂ, ਅਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ। ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ। ਉੱਥੇ ਦੇਖਿਆ ਮੇਰੀ 32 ਬੋਰ ਦੀ ਰਿਵਾਲਵਰ ਵੀ ਪਈ ਸੀਗੀ, ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ, ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ, ਉਹ ਮੈਂ ਲੈ ਕੇ ਨਹੀਂ ਗਿਆ। 14-15 ਸਾਲ ਹੋ ਗਏ ਮੇਰੇ ਬਣੀ ਹੋਈ ਨੂੰ, ਅਤੇ ਉਹ ਵੀ ਨਾਲ ਲੈ ਗਏ। ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ, ਉਹ ਲੈ ਗਏ। ਇੱਕ ਮੁੰਦਰੀ ਸੀਗੀ ਅਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ। ਸਮਾਨ ਜੇ ਉਹਨੂੰ ਟੋਪਸ 4 ਗ੍ਰਾਮ ਦੇ ਟੋਪਸ ਸੀਗੇ, ਮੁੰਦਰੀ ਵੀ 3-4 ਗ੍ਰਾਮ ਦੀ ਸੀਗੀ। ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ, ਉਹ ਐਕਚੁਅਲੀ 4-5 ਲੱਖ ਰੁਪਏ ਦਾ, ਉਹਦੇ 'ਚ ਕਿਉਂਕਿ 350 ਤੋਂ 480 ਮੋਤੀ ਸੀਗੇ ਉਹਦੇ 'ਚ ਸੁੱਚੇ ਮੋਤੀ। ਉਹ ਗੱਲ ਵਾਸਤੇ ਪਹਿਲਾਂ ਦਾ ਲਿੱਤਾ ਹੋਇਆ ਸੀਗਾ, ਉਹ ਫਿਰ ਆਉਂਦਾ ਨਹੀਂ ਸੀਗਾ, ਇਸ ਲਈ ਅਸੀਂ ਵਿੱਚੇ ਉਹ ਲੋਕਰ ਦੇ ਵਿੱਚ ਉੱਥੇ ਹੀ ਅਲਮਾਰੀ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ। ਨਹੀਂ ਆ, ਕਿਉਂਕਿ ਮੈਂ ਹੁਣੇ ਆਇਆ ਹੀ ਹਾਂ। ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਤਲਾਹ ਕੀਤੀ? ਹਾਂ, ਸਵੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁਨਸ਼ੀ ਨੂੰ, ਪਰ ਉਹ ਆਏ ਨਹੀਂ। ਫਿਰ ਮੇਰਾ ਤਾਂ ਕਹਿਣਾ ਪ੍ਰੋਬਲਮ ਇਹ ਆ ਵੀ ਮੇਰੀ ਰਿਵਾਲਵਰ ਬਾਹਰ ਆ, ਬਾਈ ਚਾਂਸ ਉਹ ਕੁਛ ਕਰ ਲੈਣ ਉਹਦੇ ਨਾਲ, ਵੈਪਨ ਨਾਲ।